ਇਹ ਸਭ ਤੋਂ ਪਹਿਲਾਂ ਸਾਡਾ ਇਹ ਮੋਟਿਵ ਆ ਕਿ ਹੁਣ ਜਿਹੜੀ ਇਹ ਸਾਡੇ ਵੱਲੋਂ ਜਿਹੜੇ ਕੈਂਡੀਡੇਟ ਪ੍ਰਿੰਸ ਚੌਧਰੀ ਲਗਾਏ ਗਏ ਆ, ਸਾਡਾ ਸਭ ਤੋਂ ਵੱਡਾ ਮੋਟਿਵ ਇਹ ਕਿ ਪਹਿਲਾਂ ਇਹਨਾਂ ਨੂੰ ਵੱਧ ਤੋਂ ਵੱਧ ਮਾਰਜਨ ਨਾਲ ਜਿਤਾ ਕੇ ਅਸੀਂ ਇਹ ਜਿੱਤ ਸਾਡੀ ਪਾਰਟੀ 'ਚ ਹੌਲੀ ਪਾਈ ਜਾਵੇ। ਯਾਰੀ ਦਾ ਬਹੁਤ ਵੱਡਾ ਰੋਲ ਹੁੰਦਾ ਇੱਕ ਬੰਦੇ ਦੀ ਕਾਮਯਾਬੀ ਵਿੱਚ, ਉਹਦਾ ਗਰੁੱਪ ਜਿਹੜਾ ਸਾਥ ਚੱਲਦਾ ਸ਼ੁਰੂ ਤੋਂ, ਉਹਦਾ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ। ਪਰਮਾਤਮਾ ਕਰੇ ਕਿ ਸਾਰਾ ਪੰਜਾਬ ਆਪਣੇ ਗੁਰਾਂ ਦੇ ਆਸ਼ੀਰਵਾਦ ਨਾਲ ਇਕੱਠੇ ਰਹਿਣ, ਮਿਲ ਕੇ ਰਹਿਣ। ਇਹ ਸਰਪੰਚੀਆਂ ਪਿੱਛੇ, ਪ੍ਰਧਾਨਗੀਆਂ ਪਿੱਛੇ ਕਿਰਪਾ ਕਰਕੇ ਨਾ ਲੜਿਓ। ਇਹ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਇੱਕ ਆ ਗਈਆਂ ਦੂਜੀਆਂ ਚਲੇ ਗਈਆਂ, ਆਪਸੀ ਵੈਰ ਵਿਰੋਧ ਨਾ ਬਣਾਇਓ। ਸਰਪੰਚਾਂ ਨੇ ਨਰੇਗਾ ਦਾ ਕੰਮ ਨਹੀਂ ਸਹੀ ਤਰੀਕੇ ਨਾਲ ਚੱਲਦਾ, ਸਕੀਮਾਂ ਦਾ ਪਤਾ ਨਹੀਂ ਹੈਗਾ। ਤੁਸੀਂ ਤਾਂ ਪੜ੍ਹੇ ਲਿਖੇ ਹੋ, ਯੂਨੀਵਰਸਿਟੀ ਦੇ ਸਟੂਡੈਂਟ ਰਹੇ ਹੋ, ਕੀ ਪ੍ਰਾਪਤੀਆਂ ਕੀ ਕੀਤੀਆਂ ਨੇ? ਜਿੰਨਾ ਸਾਡੇ ਪਿੰਡ ਨੂੰ ਫੰਡ ਮਿਲਿਆ ਸੀ ਵੱਧ ਤੋਂ ਵੱਧ ਯੂਟੀਲਾਈਜ਼ ਕੀਤਾ, ਬਹੁਤ ਸਾਰੀਆਂ ਨਵੀਆਂ ਇਮਾਰਤਾਂ ਵੀ ਬਣਾਈਆਂ ਨੇ, ਸਕੂਲ ਦੀ ਵੀ ਡਿਵੈਲਪਮੈਂਟ ਕੀਤੀ ਹੈ, ਧਰਮਸ਼ਾਲਾ ਵੀ ਬਣਾਈ ਹੈ, ਗਲੀਆਂ ਨਾਲੀਆਂ ਜੋ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਰਹੀਆਂ ਉਹ ਸਾਰੇ ਕੰਮ ਕੀਤੇ ਨੇ। ਪਿੰਡ ਦੀਆਂ ਪ੍ਰਾਪਤੀਆਂ ਕੀ ਨੇ? ਪ੍ਰਾਪਤੀਆਂ ਦਾ ਜੀ ਆਪਣਾ ਜਿਵੇਂ ਬਾਕੀ ਖੇਡ ਗਰਾਊਂਡ ਹੋ ਗਿਆ, ਜਾਂ ਜਿੰਨੇ ਵੀ ਕਮਿਊਨਿਟੀ ਸੈਂਟਰ ਸੀ ਸਾਡਾ, ਜਾਂ ਹੋਰ ਇੱਕ ਆਪਾਂ ਪੰਚਾਇਤ ਭਵਨ ਤਿਆਰ ਕੀਤਾ ਨਵਾਂ 30-31 ਲੱਖ ਦੀ ਲਾਗਤ ਨਾਲ, ਪਿੰਡ ਲਾਇਬ੍ਰੇਰੀ ਬਹੁਤ ਸੋਹਣੀ ਬਣੀ ਹੈਗੀ, ਬਸ ਉਹਦੇ 'ਚ ਆਲਮੋਸਟ 95% ਕੰਮ ਉਹਦਾ ਕੰਪਲੀਟ ਹੈਗਾ। ਸਕੂਲ ਸਾਡੇ ਪਿੰਡ ਦੇ ਸਕੂਲ ਦੀ ਹਾਲਤ ਬਹੁਤ ਖਰਾਬ ਸੀ। ਸਤਿ ਸ਼੍ਰੀ ਅਕਾਲ ਜੀ, ਸਕਰੋਲ ਪੰਜਾਬ ਟੀ ਵੀ 'ਤੇ ਤੁਹਾਡਾ ਸਵਾਗਤ, ਮੈਂ ਹਾਂ ਮਨਪ੍ਰੀਤ ਸਿੰਘ। ਪੰਜਾਬ ਦੇ ਵਿੱਚ ਸਿਆਸਤ ਹੁੰਦੀ ਆ, ਸਿਆਸਤ ਨੂੰ ਲੈ ਕੇ ਭਾਈਚਾਰਿਆਂ ਦੇ ਵਿੱਚ ਵੀ ਪਾੜੇ ਪੈ ਜਾਂਦੇ ਨੇ, ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਟ੍ਰੈਂਡ ਵੀ ਹੈ ਕਿ ਨੌਜਵਾਨਾਂ ਨੂੰ ਅੱਗੇ ਲੈ ਕੇ ਆਓ, ਨੌਜਵਾਨ ਹੀ ਕੁਝ ਸਵਾਰ ਸਕਦੇ ਨੇ, ਚੰਗੀ ਸੋਚ ਹੁੰਦੀ ਆ, ਫਾਲਤੂ ਕਲੇਸ਼ਾਂ 'ਚ ਲੜਾਈ ਝਗੜਿਆਂ 'ਚ ਨਹੀਂ ਪੈਂਦੇ। ਤਾਂ ਨਵੇਂ ਨੌਜਵਾਨ ਆ ਜਿਹੜੇ ਸਰਪੰਚ ਚੁਣੇ ਗਏ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਕੰਮ ਕੀ ਕੀਤਾ ਹੈ ਤਾਂ ਜ਼ਰੂਰ ਉਹਨਾਂ ਦੇ ਪਿੰਡ ਹੀ ਦੱਸਣਗੇ ਜੇ ਉਹਨਾਂ ਨੂੰ ਦੁਬਾਰਾ ਚੁਣਨਗੇ। ਪਰ ਇੱਕ ਚੰਗੀ ਪਹਿਲ ਇਹਨਾਂ ਨੌਜਵਾਨਾਂ ਦੇ ਵੱਲੋਂ ਲਗਾਤਾਰ ਸਿਆਸਤ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਅੱਗੇ ਵੱਧਦੇ ਨਜ਼ਰ ਆ ਰਹੇ ਨੇ। ਮੇਰੇ ਨਾਲ ਹਰਵਿੰਦਰ ਸਿੰਘ ਜੌਨੀ ਇਸ ਮੁਲਾਕਾਤ ਦੇ ਵਿੱਚ ਨੇ, ਉਹਨਾਂ ਦੇ ਦੋਸਤ ਵੀ ਨਾਲ ਨੇ, ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਐਕਟਿਵ ਸੀਗੇ ਇਹ ਸਟੂਡੈਂਟ ਰਾਜਨੀਤੀ ਦੇ ਵਿੱਚ, ਔਰ ਅੱਜ ਤੁਹਾਨੂੰ ਚੰਡੀਗੜ੍ਹ ਦਾ ਸਟੇਟ ਪ੍ਰੈਜ਼ੀਡੈਂਟ ਵੀ ਲਾਇਆ ਗਿਆ ਜੀ CYSS ਦੇ ਵੱਲੋਂ, ਪਿੰਡ ਦੀ ਸਰਪੰਚੀ ਵੀ ਤੁਸੀਂ ਕਰ ਰਹੇ ਹੋ, ਇਹ ਕਿਵੇਂ ਦਾ ਸਫ਼ਰ ਹੈਗਾ ਤੁਹਾਡਾ? ਦੇਖੋ ਜੀ, ਪੰਜਾਬ ਯੂਨੀਵਰਸਿਟੀ 'ਚ ਅਸੀਂ ਪਿਛਲੇ 8-9 ਸਾਲਾਂ ਤੋਂ ਐਕਟਿਵ ਰਾਜਨੀਤੀ ਕਰ ਰਹੇ ਸੀਗੇ, ਸਟੂਡੈਂਟ ਪੋਲੀਟਿਕਸ, ਅਤੇ 2018 'ਚ ਮੈਂ ਪਿੰਡ ਦਾ ਸਰਪੰਚ ਚੁਣਿਆ ਗਿਆ ਸੀਗਾ, ਅਤੇ ਹੁਣ ਮੈਨੂੰ ਅੱਜ CYSS ਸਟੇਟ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਮਿਲੀ ਹੈ, ਜਿਹਦੇ ਲਈ ਮੈਂ ਮਾਣਯੋਗ ਸਰਦਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ, ਅਤੇ ਨਾਲ ਹੀ ਧੰਨਵਾਦ ਕਰਦਾ ਵੱਡੇ ਬਾਈ ਮੀਤ ਏਅਰ ਜੀ ਦਾ, ਅਤੇ ਬਾਕੀ ਸਾਡੇ ਸਾਰੇ ਸਾਥੀਆਂ ਦਾ, ਸੀਨੀਅਰ ਸਾਥੀਆਂ ਦਾ ਜਿਹੜੇ ਮੇਰੇ ਨਾਲ ਖੜ੍ਹੇ ਨੇ, ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਪਿੰਡ ਦੀ ਸਰਪੰਚੀ ਵਾਲਾ ਕਿਵੇਂ ਤਜਰਬਾ ਹੈਗਾ, ਕਿਵੇਂ ਕੰਮ ਕਾਰ ਚੱਲ ਰਹੇ ਨੇ, ਕਿਉਂਕਿ ਬਾਹਰ ਵੀ ਇੰਨਾ ਦੇਖਣਾ ਤੁਸੀਂ ਤਾਂ, ਇੱਧਰ ਵੀ ਚੰਡੀਗੜ੍ਹ ਦੀ ਜ਼ਿੰਮੇਵਾਰੀ ਮਿਲ ਗਈ ਆ ਹੁਣ ਤੁਹਾਨੂੰ, ਤੁਹਾਡਾ ਪਿੰਡ ਪੰਜਾਬ 'ਚ ਜਿਹੜਾ ਨਾਲ ਹੀ ਪਿੰਡ ਹੈ, ਪਰ ਉਹ ਕਿਵੇਂ ਮੈਨੇਜਮੈਂਟ ਕਿਵੇਂ ਹੁੰਦੀ ਹੈ ਸਰਪੰਚੀ ਵਾਲੀ? ਦੇਖੋ, ਸਰਪੰਚੀ ਦਾ ਇਵੇਂ ਹੁੰਦਾ ਹੈ ਕਿ ਇਹਦੇ 'ਚ ਇਹ ਹੁੰਦਾ ਕਿ ਜਦੋਂ ਆਪਾਂ ਸਮਾਜ ਸੇਵਾ ਨਾਲ ਜੁੜੇ ਹੋਈਏ ਨਾ, ਤਾਂ ਫਿਰ ਦਿੱਕਤਾਂ ਨਹੀਂ ਆਉਂਦੀਆਂ। ਅਸੀਂ 2018 'ਚ ਜਦੋਂ ਸਰਪੰਚ ਚੁਣੇ ਗਏ ਸੀ, ਉਹ ਤੋਂ ਪਹਿਲਾਂ ਵੀ ਪਿੰਡ ਵਾਲਿਆਂ ਨਾਲ ਰਾਬਤਾ ਕਰਕੇ ਪ੍ਰੋਗਰਾਮਾਂ 'ਚ ਸ਼ਾਮਿਲ ਰਹਿੰਦੇ ਸੀਗੇ, ਉਹਨਾਂ ਦੀ ਹੈਲਪ ਕਰਦੇ ਰਹਿੰਦੇ ਸੀ। ਮੇਰਾ ਪਿੰਡ ਮੋਹਾਲੀ ਦੇ ਬਿਲਕੁਲ ਨਾਲ ਹੈ, ਚੰਡੀਗੜ੍ਹ ਦੇ ਨਾਲ ਲੱਗਦਾ, ਜਿਸ ਕਾਰਨ ਮੋਹਾਲੀ ਅਤੇ ਚੰਡੀਗੜ੍ਹ 'ਚ ਰੋਜ਼ ਦਾ ਸਾਡਾ ਆਉਣ ਜਾਣ ਹੋਣ ਕਰਕੇ ਸਾਨੂੰ ਕੋਈ ਐਡਾ ਦਾ ਵੱਡਾ ਹੋ ਨਹੀਂ ਕਿ ਆਪਾਂ ਪਿੰਡ ਨੂੰ ਟਾਈਮ ਨਹੀਂ ਦੇ ਸਕਦੇ, ਜਾਂ ਚੰਡੀਗੜ੍ਹ ਦੀ ਜੋ ਸਟੂਡੈਂਟ ਰਾਜਨੀਤੀ ਉਹਨੂੰ ਟਾਈਮ ਨਹੀਂ ਦੇ ਸਕਦੇ, ਦੋਨਾਂ ਦਾ ਬਰਾਬਰ ਕੋਂਬੀਨੇਸ਼ਨ ਚੱਲਦਾ ਰਹਿੰਦਾ। ਵੈਸੇ ਵੀ ਪੰਚਾਇਤਾਂ ਆਲਮੋਸਟ ਓਵਰ ਹੋ ਗਿਆ ਕੰਮ, ਪੰਚਾਇਤਾਂ ਦਾ ਰਾਜ ਭਾਗ ਪੂਰਾ ਹੋ ਗਿਆ, ਨਵੇਂ ਸਰਪੰਚ ਚੁਣੇ ਜਾਣਗੇ, ਅਤੇ ਅਸੀਂ ਆਉਣ ਵਾਲੇ ਸਰਪੰਚਾਂ ਨੂੰ ਬੈਸਟ ਆਫ ਲੱਕ ਵੀ ਕਹਿੰਦੇ ਹਾਂ। ਇਸ ਵਾਰ ਸਰਪੰਚੀ ਲੜਨੀ ਨਹੀਂ ਤੁਸੀਂ?
ਨਹੀਂ ਹਲੇ ਕੋਈ ਸਰਪੰਚੀ ਦਾ ਕੋਈ ਪਲੈਨ ਨਹੀਂ ਲੜਨ ਦਾ ਜੀ, ਅਤੇ ਬਾਕੀ ਇਹ ਹੈਗਾ ਕਿ ਜਦੋਂ ਸਮਾਂ ਹੁੰਦਾ ਉਹ ਗੱਲਾਂ ਅਲੱਗ ਹੁੰਦੀਆਂ ਨੇ, ਜਦੋਂ ਵੋਟਾਂ ਆਉਣਗੀਆਂ ਦੇਖਾਂਗੇ, ਪਰ ਫਿਲਹਾਲ ਕੋਈ ਵੀ ਸਰਪੰਚੀ ਦਾ ਅੱਗੇ ਪ੍ਰੋਗਰਾਮ ਨਹੀਂ ਹੈ। ਕੰਮ ਕਾਰ ਕਿਵੇਂ ਕੀਤੇ ਨੇ, ਕੀ ਰਿਪੋਰਟ ਕਾਰਡ ਹੈ ਤੁਹਾਡਾ ਪਿੰਡ ਦੇ ਸਰਪੰਚ ਰਹਿੰਦੇ ਹੋਏ, ਕੀ ਪ੍ਰਾਪਤੀਆਂ ਨੇ? ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਸਰਪੰਚਾਂ ਨੇ ਨਰੇਗਾ ਦਾ ਕੰਮ ਨਹੀਂ ਸਹੀ ਤਰੀਕੇ ਨਾਲ ਚੱਲਦਾ, ਸਕੀਮਾਂ ਦਾ ਪਤਾ ਨਹੀਂ ਹੈਗਾ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਯੂਨੀਵਰਸਿਟੀ ਦੇ ਸਟੂਡੈਂਟ ਰਹੇ ਹੋ, ਕੀ ਪ੍ਰਾਪਤੀਆਂ ਕੀ ਕੀਤੀਆਂ ਨੇ? ਦੇਖੋ ਸਰ, ਜੇ ਆਪਾਂ ਪਿੰਡ ਦੀ ਗੱਲ ਕਰੀਏ ਹੈ ਨਾ, ਪਿੰਡ ਦਾ ਜਦੋਂ ਵਿਕਾਸ ਕਰਨਾ ਹੁੰਦਾ ਮੇਨਲੀ ਤਾਂ ਸਰਕਾਰਾਂ 'ਤੇ ਨਿਰਭਰ ਬਹੁਤ ਜ਼ਿਆਦਾ ਕਰਦਾ, ਕਿਉਂਕਿ ਜਿਵੇਂ ਸਾਡਾ ਪਿੰਡ ਹੈ ਹੁਣ ਉਹਦੇ ਕੋਲ ਆਮਦਨ ਕੋਈ ਨਹੀਂ ਹੈਗੀ, ਅਤੇ ਸਰਕਾਰ 'ਤੇ ਪੂਰੀ ਤਰ੍ਹਾਂ ਨਿਰਭਰ ਕਰਦਾ। ਜਦੋਂ ਹੁਣ ਆਪਾਂ ਕੋਈ ਸਰਕਾਰ ਆਪਾਂ ਨੂੰ ਫੰਡ ਦਿੰਦੀ ਹੈ, ਉਹਨੂੰ ਆਪਾਂ ਯੂਟੀਲਾਈਜ਼ ਕਰਦੇ ਹਾਂ, ਅਤੇ ਮੇਰੇ ਤੋਂ ਜਿੰਨਾ ਹੋਇਆ ਮੈਂ ਆਪਦਾ ਵੱਧ ਤੋਂ ਵੱਧ ਜਿੰਨਾ ਸਾਡੇ ਪਿੰਡ ਨੂੰ ਫੰਡ ਮਿਲਿਆ ਸੀ ਵੱਧ ਤੋਂ ਵੱਧ ਯੂਟੀਲਾਈਜ਼ ਕੀਤਾ। ਬਹੁਤ ਸਾਰੀਆਂ ਨਵੀਆਂ ਇਮਾਰਤਾਂ ਵੀ ਬਣਾਈਆਂ ਨੇ, ਸਕੂਲ ਦੀ ਵੀ ਡਿਵੈਲਪਮੈਂਟ ਕੀਤੀ ਹੈ, ਧਰਮਸ਼ਾਲਾ ਵੀ ਬਣਾਈ ਹੈ, ਗਲੀਆਂ ਨਾਲੀਆਂ ਜੋ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਰਹੀਆਂ ਉਹ ਸਾਰੇ ਕੰਮ ਕੀਤੇ ਨੇ। ਠੀਕ ਆ, ਅਗਲਾ ਕੁਸਚਨ ਇਹ ਸੀ ਵੀ ਪਿੰਡ ਦੀਆਂ ਪ੍ਰਾਪਤੀਆਂ ਕੀ ਨੇ? ਪ੍ਰਾਪਤੀਆਂ ਦਾ ਜੀ ਆਪਣਾ ਜਿਵੇਂ ਬਾਕੀ ਖੇਡ ਗਰਾਊਂਡ ਹੋ ਗਿਆ, ਜਾਂ ਜਿੰਨੇ ਵੀ ਕਮਿਊਨਿਟੀ ਸੈਂਟਰ ਸੀ ਸਾਡਾ, ਜਾਂ ਹੋਰ ਇੱਕ ਆਪਾਂ ਪੰਚਾਇਤ ਭਵਨ ਤਿਆਰ ਕੀਤਾ ਨਵਾਂ 30-31 ਲੱਖ ਦੀ ਲਾਗਤ ਨਾਲ, ਪਿੰਡ ਲਾਇਬ੍ਰੇਰੀ ਬਹੁਤ ਸੋਹਣੀ ਬਣੀ ਹੈਗੀ, ਬਸ ਉਹਦੇ 'ਚ ਆਲਮੋਸਟ 95% ਕੰਮ ਉਹਦਾ ਕੰਪਲੀਟ ਹੈਗਾ। ਸਕੂਲ ਸਾਡੇ ਪਿੰਡ ਦੇ ਸਕੂਲ ਦੀ ਹਾਲਤ ਬਹੁਤ ਖਰਾਬ ਸੀ, ਅਤੇ ਬਾਕੀ ਹੋਰ ਵੀ ਆਪਾਂ ਜਿਹੜੇ ਨਿੱਕੇ ਮੋਟੇ ਕੰਮ ਪਿੰਡ 'ਚ ਆਪਾਂ ਨੂੰ ਆਪਾਂ ਇੱਕ ਜ਼ਰੂਰਤ ਹੁੰਦੀ ਹੈਗੀ ਇੱਕ ਆਮ ਪਰਿਵਾਰ 'ਚ, ਉਹ ਭਾਵੇਂ ਦਵਾਈ ਦੀ ਹੋਵੇ, ਭਾਵੇਂ ਗਰੀਬ ਬੱਚਿਆਂ ਦੇ ਵਿਆਹ ਦੀ ਹੋਵੇ, ਜੋ ਵੀ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਅੱਗੇ ਪੜ੍ਹਨਾ, ਉਹਨੂੰ ਅਸੀਂ ਬਰਾਬਰ ਉਹਨਾਂ ਦਾ ਸਾਥ ਦਿੰਦੇ ਰਹੇ ਹਾਂ। ਅਸੀਂ ਮੈਨੂੰ ਲੱਗਦਾ ਵੀ 4-5 ਗਰੀਬ ਘਰਾਂ ਦੀਆਂ ਛੱਤਾਂ ਪਵਾਈਆਂ, ਜਾਂ ਉਹਨਾਂ ਦੀ ਮਦਦ ਕਰੀ ਹੈ ਘਰ ਪਾਉਣ ਵਾਸਤੇ, ਅਤੇ ਇਲਾਜ ਵਾਸਤੇ ਵੀ ਸਾਰਿਆਂ ਨੂੰ ਆਲਮੋਸਟ ਕਿਹਾ ਹੋਇਆ, ਅਤੇ ਕੁੜੀਆਂ ਦੇ ਵਿਆਹ ਵਾਸਤੇ ਵੀ ਯੋਗਦਾਨ ਦਿੰਦੇ ਆ। ਇੱਦਾਂ ਦੇ ਕੰਮ ਮੈਨੂੰ ਲੱਗਦਾ ਕਿ ਹਰ ਇੱਕ ਸਰਪੰਚ ਹੀ ਕਰਦਾ ਹੈਗਾ, ਕੋਈ ਸਪੈਸ਼ਲ ਨਹੀਂ, ਪਰ ਆਪਣਾ ਜਿੰਨਾ ਵੱਧ ਤੋਂ ਵੱਧ ਅਸੀਂ ਹੋਇਆ ਕਿ ਯੋਗਦਾਨ ਪਾਇਆ ਉਸ ਵਿੱਚ। ਨਹੀਂ, ਪਾਰਟੀਬਾਜ਼ੀ ਵੀ ਬਹੁਤ ਜ਼ਿਆਦਾ ਬਣ ਜਾਂਦੀ ਹੈ ਨਾ ਪਿੰਡਾਂ 'ਚ, ਭਰਾ ਭਰਾ ਨਾਲ ਭਰਾ ਲੜ ਪੈਂਦਾ ਹੁਣ ਸਰਪੰਚੀ ਦਾ ਇਲੈਕਸ਼ਨ ਆਉਣਾ, ਉਹਦੇ ਬਾਰੇ ਕੀ ਕਹੋਗੇ? ਕਿਉਂਕਿ ਇੱਕ ਤਾਂ ਕੰਮ ਕਰੋ ਆਪਣਾ ਠੀਕ ਹੈ, ਤੁਸੀਂ ਜੋ ਕਰ ਸਕਦੇ ਹੋ ਪਿੰਡ ਲਈ ਬੈਸਟ ਕਰੋ, ਉਹ ਜਿਹੜੀ ਧੜੇਬਾਜ਼ੀ ਬਾਰੇ ਕੀ ਕਹੋਗੇ? ਦੇਖੋ, ਆਪਣੇ ਪਿੰਡ ਦਾ ਇਹ ਹੈਗਾ ਕਿ ਸਾਡਾ ਪਿੰਡ ਬਹੁਤ ਹੀ ਇਸ ਚੀਜ਼ ਤੋਂ ਬਚਿਆ ਹੋਇਆ ਹੈ ਕਿ ਪਾਰਟੀਬਾਜ਼ੀ ਤੋਂ, ਅਤੇ ਮੈਂ ਓਵਰਆਲ ਪੰਜਾਬ ਦੀ ਗੱਲ ਕਰਦਾ ਜਿੱਥੇ ਇਹ ਹੋ ਜਾਂਦਾ ਹੈ, ਇਹ ਬਹੁਤ ਮਾੜਾ ਟ੍ਰੈਂਡ ਹੈਗਾ। ਦੇਖੋ ਆਪਾਂ ਕਿ ਸਰਪੰਚੀ ਹੁਣ ਆਪਾਂ ਕਰਕੇ ਦੇਖੀਏ, ਸਰਪੰਚੀ ਆਪਾਂ ਇੱਕ ਇਹਨੂੰ ਇਹੋ ਜਿਹਾ ਇੱਕ ਇਸ਼ੂ ਬਣਾ ਲੈਂਦੇ ਨੇ, ਭਰਾ ਭਰਾ ਨਾਲ ਬੋਲਣ ਨੂੰ ਹਟ ਜਾਂਦਾ, ਜਾਂ ਪਾਰਟੀਆਂ ਪਿੱਛੇ ਜਾਂ ਸਰਕਾਰਾਂ ਪਿੱਛੇ ਆਪਾਂ ਇਹਨੂੰ ਰੌਲਿਆਂ ਨੂੰ ਐਡੇ ਵੱਡੇ ਕੇ ਕਰ ਲਈਦਾ ਕਿ ਇਹ ਦੁਬਾਰੇ ਪਾੜੇ ਫਿਰ ਸਾਰੀ ਜ਼ਿੰਦਗੀ ਪੂਰੇ ਨਹੀਂ ਹੁੰਦੇ, ਉਹ ਬੋਲਣੋਂ ਹਟ ਜਾਂਦੇ ਆ, ਪਰਿਵਾਰ ਟੁੱਟ ਜਾਂਦੇ ਨੇ, ਇਹ ਚੀਜ਼ਾਂ ਹੋ ਜਾਂਦੀਆਂ ਨੇ। ਅਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਪਰਮਾਤਮਾ ਕਰੇ ਕਿ ਸਾਰਾ ਪੰਜਾਬ ਆਪਣੇ ਗੁਰਾਂ ਦੇ ਆਸ਼ੀਰਵਾਦ ਨਾਲ ਇਕੱਠੇ ਰਹਿਣ, ਮਿਲ ਕੇ ਰਹਿਣ, ਇਹ ਸਰਪੰਚੀਆਂ ਪਿੱਛੇ, ਪ੍ਰਧਾਨਗੀਆਂ ਪਿੱਛੇ ਕਿਰਪਾ ਕਰਕੇ ਨਾ ਲੜਿਓ। ਇਹ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਇੱਕ ਆ ਗਈਆਂ ਦੂਜੀਆਂ ਚਲੇ ਗਈਆਂ, ਆਪਸੀ ਵੈਰ ਵਿਰੋਧ ਨਾ ਬਣਾਇਓ, ਸਭ ਨੂੰ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ। ਤੁਹਾਡੇ ਨਾਲ ਦੋ ਦੋਸਤ ਵੀ ਨੇ, ਸੁੱਖੀ ਜੰਟਾ ਬਾਈ, ਕਿਆਰੀ ਦਾ ਕਿੰਨਾ ਕੁ ਰੋਲ ਰਹਿੰਦਾ ਇੱਕ ਬੰਦੇ ਦੀ ਕਾਮਯਾਬੀ ਪਿੱਛੇ? ਯਾਰੀ ਦਾ ਬਹੁਤ ਵੱਡਾ ਰੋਲ ਹੁੰਦਾ ਇੱਕ ਬੰਦੇ ਦੀ ਕਾਮਯਾਬੀ ਵਿੱਚ, ਉਹਦਾ ਗਰੁੱਪ ਜਿਹੜਾ ਸਾਥ ਚੱਲਦਾ ਸ਼ੁਰੂ ਤੋਂ, ਉਹਦਾ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ। ਗਰੁੱਪ ਦੇ ਨਾਲ ਹੀ ਬੰਦੇ ਦੀ ਹਰ ਜਗ੍ਹਾ ਪਹਿਚਾਣ ਹੈ। ਅਸੀਂ ਇੱਥੇ ਯੂਨੀਵਰਸਿਟੀ ਦੀ ਗੱਲ ਕਰ ਲਈਏ, ਪਿਛਲੇ ਅਸੀਂ ਵੀ 8-9 ਸਾਲ ਤੋਂ ਇੱਥੇ ਐਕਟਿਵ ਹਾਂ। ਜੇ ਤੁਹਾਡੇ ਨਾਲ ਗਰੁੱਪ ਹੈ ਨਾ ਤੁਹਾਡਾ ਜਿਹੜਾ ਸ਼ੁਰੂ ਤੋਂ ਗਰੁੱਪ ਚੱਲਦਾ ਆ ਰਿਹਾ, ਜੇ ਤੁਹਾਡੇ ਨਾਲ ਉਹ ਆ ਤੁਹਾਡੀ ਤਾਂ ਹੀ ਇੱਥੇ ਪਹਿਚਾਣ ਹੈ। ਗਰੁੱਪ ਦੇ ਨਾਲ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਗਰੁੱਪ ਤੋਂ ਬਿਨਾਂ ਜੇ ਤੁਸੀਂ ਕਹੋ ਇੱਕ ਇੰਡੀਵਿਜੁਅਲ ਬੰਦਾ ਅੱਗੇ ਜਾ ਸਕਦਾ, ਮੈਨੂੰ ਨਹੀਂ ਲੱਗਦਾ ਇੱਕ ਇੰਡੀਵਿਜੁਅਲ ਬੰਦਾ ਉਸ ਮੁਕਾਮ 'ਤੇ ਪਹੁੰਚ ਸਕਦਾ ਜਿਹੜੇ ਮੁਕਾਮ 'ਤੇ ਉਹ ਗਰੁੱਪ ਨਾਲ ਪਹੁੰਚ ਸਕਦਾ ਹੈ। ਉੱਥੇ ਇੰਡੀਵਿਜੁਅਲ ਬੰਦਾ ਮੇਰੇ ਹਿਸਾਬ ਨਾਲ ਨਹੀਂ ਪਹੁੰਚ ਸਕਦਾ। ਗਰੁੱਪ ਵੀ ਉਹ ਯਾਰ ਦੋਸਤ ਖਾਸ ਜਿਹੜੇ 'ਤੇ ਪੂਰਾ ਅੱਖਾਂ ਮੀਚ ਕੇ ਕਹਿੰਦੇ, ਜਿਨ੍ਹਾਂ 'ਤੇ ਤੁਸੀਂ ਅੱਖਾਂ ਮੀਚ ਕੇ
ਤੇ ਵਿਸ਼ਵਾਸ ਕਰਦੇ ਹੋ, ਜਿਹੜੇ ਤੁਹਾਡੇ ਕਹਿਣ ਤੇ ਬਹਿ ਸਕਦੇ ਤੇ ਉੱਠ ਸਕਦੇ, ਹਰ ਥਾਂ ਖੜਨ ਨੂੰ ਤੁਹਾਡੇ ਮੂਹਰੇ ਖੜਨ ਨੂੰ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਰਹਿੰਦੇ, ਉਹ ਗਰੁੱਪ। ਸੁੱਖੀ ਵੀ ਖੜਾ ਸਾਡੇ ਨਾਲ। ਸੁੱਖੀ ਕਿਵੇਂ ਰਿਹਾ ਫਿਰ ਇਹ ਸਾਰਾ ਸਫ਼ਰ ਅੱਜ? ਚਲੋ ਕੋਈ ਆਪਾਂ ਇਹ ਨਹੀਂ ਕਹਿੰਦੇ ਕਿ ਸਫ਼ਰ ਤਾਂ ਅਜੇ ਕੰਟੀਨਿਊ ਹੋਣਾ, ਕੋਈ ਵੱਡੀ ਪ੍ਰਾਪਤੀ ਤੁਸੀਂ ਕਰ ਲਈ ਹੈ, ਪਰ ਦੋ ਯਾਰੀ ਦੋਸਤੀ ਦੇ ਇੱਕ ਸਰਕਲ 'ਚ ਇਹਨਾਂ ਚੀਜ਼ਾਂ ਮੇਨਟੇਨ ਕਰਨਾ ਬਹੁਤ ਮੁਸ਼ਕਲ ਹੁੰਦਾ, ਕਿਉਂਕਿ ਤੁਹਾਡੀਆਂ ਫੈਮਿਲੀਆਂ ਵੀ ਨੇ, ਉਹਨਾਂ ਨੂੰ ਵੀ ਟਾਈਮ ਦੇਣਾ, ਫਿਰ ਦੋਸਤਾਂ ਲਈ ਵੀ ਟਾਈਮ ਮੈਨੇਜ ਕਰਨਾ। ਇਹ ਬੜਾ ਲੰਮਾ ਸਮੇਂ ਤੋਂ ਅਸੀਂ ਚਲੋ ਮਿਹਨਤ ਕਰ ਰਹੇ ਹਾਂ ਜੀ, ਹੈ ਨਾ, ਪਾਰਟੀ ਦੇ ਨਾਲ ਜੀ, ਅਤੇ ਰੀਸੈਂਟਲੀ ਅਸੀਂ 2 ਸਾਲ ਤੋਂ ਪਹਿਲਾਂ ਜੁਆਇਨ ਕੀਤੀ ਇਹ ਪਾਰਟੀ, ਅਤੇ ਪਾਰਟੀ 'ਚ ਆ ਕੇ ਬੜੀਆਂ ਚੀਜ਼ਾਂ ਨੂੰ ਸਾਨੂੰ ਫਰਕ ਦਾ ਪਤਾ ਲੱਗਿਆ, ਅਤੇ ਇਹਨਾਂ ਨੇ ਸਾਡੀ ਚਲੋ ਮਿਹਨਤ ਦਾ ਮੁੱਲ ਤਾਰਿਆ। ਅਤੇ ਬਾਕੀ ਯਾਰੀ ਦੋਸਤੀ ਦੀ ਗੱਲ ਰਹੀ ਜੀ, ਯਾਰੇ ਦੋਸਤਾਂ ਬਿਨਾਂ ਤਾਂ ਕੁਛ ਵੀ ਨਹੀਂ ਹੁੰਦਾ ਜੀ, ਕੋਈ ਇਹ ਨਹੀਂ ਕਿ ਕੋਈ ਬਾਹਰਲਾ ਬੰਦਾ ਆ ਕੇ ਤੁਹਾਡੀ ਮਦਦ ਕਰ ਦੂ, ਇੱਦਾਂ ਸਾਡਾ ਸਰਕਲ ਵਧੀਆ ਜੀ, ਸ਼ੁਰੂ ਤੋਂ ਸਾਰੇ ਇਕੱਠੇ ਹਾਂ ਜੀ, ਅਤੇ ਹੁਣ ਇਸੇ ਤਰ੍ਹਾਂ ਹੀ ਅੱਗੇ ਇਕੱਠੇ ਹੋ ਕੇ ਅਸੀਂ ਹੋਰ ਵੀ ਅੱਗੇ ਮਤਲਬ ਮਿਹਨਤ ਕਰਾਂਗੇ ਵੱਧ ਤੋਂ ਵੱਧ। ਅਤੇ ਪਾਰਟੀ ਦੀ ਝੋਲੀ 'ਚ ਇਹ ਸਭ ਤੋਂ ਪਹਿਲਾਂ ਸਾਡਾ ਇਹ ਮੋਟਿਵ ਆ ਕਿ ਹੁਣ ਜਿਹੜੀ ਇਹ ਸਾਡੇ ਵੱਲੋਂ ਜਿਹੜੇ ਕੈਂਡੀਡੇਟ ਪ੍ਰਿੰਸ ਚੌਧਰੀ ਲਗਾਏ ਗਏ ਆ, ਸਾਡਾ ਸਭ ਤੋਂ ਵੱਡਾ ਮੋਟਿਵ ਇਹ ਕਿ ਪਹਿਲਾਂ ਇਹਨਾਂ ਨੂੰ ਵੱਧ ਤੋਂ ਵੱਧ ਮਾਰਜਨਾਂ ਜਿਤਾ ਕੇ ਅਸੀਂ ਇਹ ਜਿੱਤ ਸਾਡੀ ਪਾਰਟੀ ਝੋਲੀ ਪਾਈ ਜਾਵੇ ਜੀ। ਬਹੁਤ ਧੰਨਵਾਦ ਜੀ। ਤਾਂ ਇਹ ਇੱਕ ਦੋਸਤਾਂ ਦਾ ਵੀ ਇੱਕ ਮਿਸਾਲ ਸੀਗੀ ਕਿ ਯੂਨੀਵਰਸਿਟੀਆਂ ਦੇ ਵਿੱਚ ਕਿਸ ਤਰ੍ਹਾਂ ਯਾਰੀਆਂ ਲੰਬਾ ਸਮਾਂ ਚੱਲਦੀਆਂ ਨੇ। ਹਾਲਾਂਕਿ ਹੁਣ ਕਿਹਾ ਜਾਂਦਾ ਕਿ ਟ੍ਰੈਂਡ ਆ ਜਿਹੜਾ ਉਹ ਚੇਂਜ ਹੋ ਰਿਹਾ, ਕਿ ਉਹ ਦੋਸਤੀਆਂ ਯਾਰੀਆਂ ਨਹੀਂ ਰਹਿ ਰਹੀਆਂ ਜਿਹੜੀਆਂ ਪਹਿਲਾਂ ਜਿਹੜੀਆਂ ਜਿਹੜਾ ਟ੍ਰੈਂਡ ਸੀਗਾ ਇਸ ਯੂਨੀਵਰਸਿਟੀ ਦਾ। ਤਾਂ ਇਸ ਯੂਨੀਵਰਸਿਟੀ ਤੋਂ ਪਿੰਡਾਂ ਤੱਕ ਵੀ ਇਹ ਟ੍ਰੈਂਡ ਆ ਜਿਹੜਾ ਗਿਆ, ਸਰਪੰਚੀ ਦੇ ਇਲੈਕਸ਼ਨਾਂ ਤੱਕ ਵੀ ਨੌਜਵਾਨ ਆ ਜਿਹੜੇ ਗਏ ਨੇ, ਔਰ ਸਰਪੰਚੀ ਤੋਂ ਫਿਰ ਉੱਠ ਕੇ ਅੱਗੇ ਵੱਧ ਰਹੇ ਨੇ। ਕੈਮਰੇ 'ਤੇ ਵਿਸ਼ਾਲ, ਮੈਂ ਮਨਪ੍ਰੀਤ ਸਿੰਘ, ਸਕਰੋਲ ਪੰਜਾਬ ਟੀਵੀ ਦੇ ਲਈ। ਧੰਨਵਾਦ।